ਭਾਜੀ ਇੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ। ਇੱਕ ਭਾਜੀ ਇੱਕ ਹੁੰਦਾ ਵਾ ਇੱਕ ਧੁਰੋਂ ਰੱਬ ਨੇ ਦੇਣ ਹੁੰਦੀ ਹੈ ਇੱਕ ਦਾ ਦੀ, ਉਹ ਰੱਬ ਨੇ ਇਹ ਚੀਜ਼ ਦਾ ਹਰ ਇੱਕ ਵਿੱਚ ਇੱਕ ਗੁਣ ਹੁੰਦਾ ਵਾ, ਅਤੇ ਉਹ ਗੁਣ ਇਹ ਪਰਮਾਤਮਾ ਵੱਲੋਂ ਆ ਕਿ ਜਿਹੜਾ ਦਾ ਵਾ ਪਰਮਾਤਮਾ ਵੱਲੋਂ ਮੈਨੂੰ ਦੇਣਾ। ਅਤੇ ਮੈਨੂੰ ਆਪ ਖੁਦ ਨੂੰ ਨਹੀਂ ਗਾ, ਜਦੋਂ ਜਾਫੀ ਰੇਡਰ ਜੋ ਲੱਗ ਗਿਆ ਹੁੰਦਾ ਵਾ ਉਦੋਂ ਆਟੋਮੈਟਿਕਲੀ ਮੈਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਚੀਜ਼ ਹੋਣ ਵਾਲਾ ਹੋਣੀ ਪੈਣੀ ਆ, ਅਤੇ ਉਦੋਂ ਉਸ ਟਾਈਮ ਮੈਂ ਦਾ ਲਾਉਂਦਾ ਵਾਂ ਅਤੇ ਸਤਿਗੁਰ ਦੀ ਕਿਰਪਾ ਨਾਲ ਉਹਦਾ ਲੱਗ ਜਾਂਦਾ ਵਾ। ਇੰਨਾ ਸਮੂਥ ਦਾ ਲੱਗਦਾ, ਮੈਂ ਕਈ ਵਾਰੀ ਵੀਡੀਓ 'ਤੇ ਦੇਖਦਾ ਰੀਪਲੇ ਕਰਕੇ ਦੁਬਾਰਾ ਰਿਵਾਇੰਡ ਕਰਕੇ, ਕਮਾਲ ਦਾ ਅਮੇਜ਼ਿੰਗ ਹੈ, ਯੂਅਰ ਵੈਰੀ ਲੱਕੀ ਟੂ ਲਰਨ ਦੈਟ। ਐਂਡ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਆਹ ਮੈਚ ਜਿੱਤ ਕੇ ਤੁਹਾਡੀ ਟੀਮ 'ਚ ਕਿੰਨਾ ਕੌਨਫੀਡੈਂਸ ਪੈ ਗਿਆ? ਕੌਨਫੀਡੈਂਸ ਬਹੁਤ ਜ਼ਿਆਦਾ ਵੱਧ ਗਿਆ ਵਾ। ਇੱਕ ਥੋੜ੍ਹਾ ਕੁ ਪਿਛਲੀ ਵਾਰੀ ਮਿਸਟੇਕਾਂ ਜੀਆਂ ਹੋਈਆਂ ਵਾ, ਕਿਉਂਕਿ ਉਹ ਥੋੜ੍ਹੇ ਕੁ ਪਲੇਅਰ ਇੰਡੀਆ ਤੋਂ ਅਸੀਂ ਵੱਖਰੇ ਵੱਖਰੇ ਖੇਡਦੇ ਹਾਂ, ਥੋੜ੍ਹੇ ਕੁ ਕਿਤੋਂ ਵਾ, ਅਤੇ ਘੇਰੀ ਵਿੱਚ ਅੰਡਰਸਟੈਂਡਿੰਗ ਨਹੀਂ ਹੋਈ, ਅਤੇ ਇਸ ਕਰਕੇ ਹੁਣ ਸੰਦੀਪ ਨਾਲ ਆਉਣ ਨਾਲ ਸਾਡੀ ਘੇਰੀ ਹੋਰ ਸਟਰੋਂਗ ਹੋ ਗਈ ਆ, ਇੱਕ ਅੰਡਰਸਟੈਂਡਿੰਗ ਹੋਰ ਵੱਧ ਗਈ ਆ, ਅਤੇ ਹੁਣ ਅਸੀਂ ਹੋਰ ਜ਼ੋਰ ਅਗਲੀ ਫਾਈਨਲ ਮੈਚ ਲਾਵਾਂਗੇ ਅਤੇ ਰੱਬ ਕਿਰਪਾ ਕਰ ਅਸੀਂ ਕੱਪ ਜਿੱਤਾਂਗੇ। ਹੁਣ ਕਿੰਨੀ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਦੋ ਵੈਟਰਨ ਪਲੇਅਰਸ ਆ, ਜਿੱਦਾਂ ਸੰਦੀਪ ਨਾ, ਤੁਸੀਂ ਅੱਜ ਕੱਲ੍ਹ ਵੈਟਰਨ ਹੈਗੇ ਹੋ ਪਰ ਫਿਰ ਵੀ ਲੀਡਰਸ਼ਿਪ ਦੇ ਤੌਰ 'ਤੇ ਸੰਦੀਪ ਇੱਕ ਪਾਸੇ, ਮੰਗੀ ਇੱਕ ਪਾਸੇ, ਇਹ ਬਹੁਤ ਜ਼ਿਆਦਾ ਅਜੀਬ ਜਿਹਾ ਕੋਂਬੀਨੇਸ਼ਨ, ਕਿਉਂਕਿ ਦੋ ਸੁਪਰ ਸਟਾਰਸ ਹੋਣਾ ਕਈ ਵਾਰੀ ਕੈਮਿਸਟਰੀ ਅਪਸੈਟ ਹੋ ਜਾਂਦੀ ਹੈ। ਹਾਂਜੀ ਹਾਂਜੀ, ਉਹ ਅਪਸੈਟ ਹੁੰਦੀ ਆ ਤਾਂ ਕਰਕੇ ਕਿ ਥੋੜ੍ਹੀ ਕੁ ਬੰਦੇ ਥੋੜ੍ਹੀ ਕੁ ਸਾਡੀ ਰੇਡ ਲਾਈਨ ਥੋੜ੍ਹੀ ਕੁ ਜਾਫ ਲੈਣ ਭਾਰੀ ਆ, ਇਸ ਕਰਕੇ ਥੋੜ੍ਹੀ ਘੁੰਮਦੀ ਨਹੀਂ, ਉਸ ਕਰਕੇ ਅਸੀਂ ਥੋੜ੍ਹਾ ਕੁ ਅੰਡਰਸਟੈਂਡਿੰਗ ਕਰਕੇ ਸਾਰਿਆਂ ਨੇ, ਸੰਦੀਪ ਨੇ ਅਤੇ ਮੰਗੀ ਭਾਅ ਜੀ ਨੇ ਥੋੜ੍ਹੀ ਕੁ ਘੇਰੀ ਵਿੱਚ ਡਿਫਰੈਂਟ ਕੀਤਾ ਥੋੜ੍ਹਾ ਕੁ, ਅਤੇ ਉਹਦਾ ਕਰਕੇ ਅਸੀਂ ਥੋੜ੍ਹਾ ਕੁ ਮੈਂ ਹੁਣ ਵਧੀਆ ਘੇਰੀ ਘੁੰਮੀ ਹਾਂ। ਠੀਕ ਆ, ਹੁਣ ਜਿੱਦਾਂ ਹੁਣ ਤੁਸੀਂ ਬੇ ਏਰੀਆ ਦੀ ਪ੍ਰੋਪਰਟੀ ਆਰ ਬੋਇਜ਼ ਇਨ ਬੇ ਏਰੀਆ, ਸੰਧੂ ਬ੍ਰਦਰਸ, ਹਾਈ ਲੋ, ਹਾਈ ਗਾਈਜ਼ ਡੂਇੰਗ, ਐਂਡ ਯੂ ਨੋ ਵਟ, ਤੁਸੀਂ ਅੱਜ ਕਮਾਲ ਦਾ ਮੈਚ ਖੇਡਿਆ ਆ, ਐਂਡ ਤੁਸੀਂ ਇਸ ਸਮੇਂ ਕੱਪ ਜਿੱਤਣ ਦੇ ਦਾਅਵੇਦਾਰ, ਤੁਹਾਡੀ ਟੀਮ ਹੈਗੀ ਆ, ਬੈਸਟ ਆਫ ਲੱਕ ਟੂ ਯੂ ਇਨ ਦ ਫਾਈਨਲ। ਆਲਰਾਈਟ, ਕੰਗ੍ਰੈਚੁਲੇਸ਼ਨ ਸਾਰਿਆਂ ਦਾ, ਦਰਸ਼ਕਾਂ ਦਾ, ਵੀਰਾਂ ਦਾ, ਇੱਦਾਂ ਹੀ ਵਾ, ਪਿਆਰ ਕਰਦੇ ਰਹੋ ਅਤੇ ਅਸੀਂ ਇੱਦਾਂ ਹੀ ਖੇਡਦੇ ਰਹੀਏ। ਕੰਗ੍ਰੈਚੁਲੇਸ਼ਨਸ।